ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੈ ਨੂੰ ਆਖਦੇ ਹਾਂ। ਗੁਰਗਿਆਨ ਸਮੁੰਦਰ ਸੀਰੀਜ਼ ਜਿਹੜੀ ਕਿ ਪਿਛਲੇ ਤਕਰੀਬਨ 2 ਸਾਲਾਂ ਤੋਂ ਤੁਹਾਡੇ ਘਰਾਂ ਦੇ ਵਿੱਚ ਆ ਕੇ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਹਰ ਸੈਟਰਡੇ ਦੀ ਸ਼ਾਮ ਨੂੰ ਸਾਂਝ ਪਾਇਆ ਕਰਦੇ ਨੇ, ਉਸ ਵਿੱਚ ਸਾਡਾ ਫੋਕਸ ਰਹਿੰਦਾ ਹੈ ਕਿ ਅਸੀਂ ਗੁਰਮਤਿ ਦੇ ਉਹਨਾਂ ਵਿਚਾਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ, ਜਿੱਥੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਸੇਧ ਲੈ ਸਕੀਏ। ਵੈਸੇ ਤਾਂ ਹਰ ਰੋਜ਼ ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਅਤੇ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਤੁਸੀਂ ਹੋਰ ਵੀ ਗੁਰਮਤਿ ਵਿਚਾਰ ਸੁਣਦੇ ਹੋ, ਪਰ ਸੈਟਰਡੇ ਦੀ ਸ਼ਾਮ ਨੂੰ ਭਾਈ ਰਾਮ ਸਿੰਘ ਜੀ ਵੱਲੋਂ ਜੋ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਇਨ ਰਿਲੇਸ਼ਨ ਟੂ ਆਰ ਡੇਲੀ ਲਾਈਫ, ਉਸ ਉੱਤੇ ਫੋਕਸ ਕਰਕੇ ਜੋ ਗੱਲਬਾਤ ਹੁੰਦੀ ਹੈ ਉਸ ਵਿੱਚ ਤੁਸੀਂ ਸ਼ਾਮਿਲ ਹੋਇਆ ਕਰਦੇ ਹੋ। ਇਹ ਸਫ਼ਰ ਜੋ ਹੈ ਜੀ, ਇਸ ਦੇ ਵਿੱਚ ਤੁਹਾਡੇ ਵੱਲੋਂ ਜੋ ਸਾਥ ਸਹਿਯੋਗ ਮਿਲ ਰਿਹਾ ਉਸ ਦੀਆਂ ਧੰਨਵਾਦ ਦੀ। ਸੋ ਮੁੜ ਤੋਂ ਜੁੜਦੇ ਹਾਂ ਭਾਈ ਰਾਮ ਸਿੰਘ ਜੀ ਨਾਲ ਅਤੇ ਜਾਣਕਾਰੀ ਲੈਂਦੇ ਹਾਂ ਕਿ ਸੋਹਿਲਾ ਬਾਣੀ ਵਿੱਚ ਜੋ ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ, ਦੇਹੋ ਸੱਜਣ ਅਸੀਸੜਿਆ ਜੋ ਹੋਵੇ ਸਾਹਿਬ ਸੀ ਉਹ ਮੇਲ, ਕਿਹੜੀਆਂ ਅਸੀਸਾਂ ਅਸੀਂ ਲੈਣੀਆਂ ਨੇ ਦੇਣੀਆਂ ਨੇ ਅਤੇ ਕਿਸ ਤਰ੍ਹਾਂ ਸਾਹਿਬ ਨਾਲ ਮੇਲ ਕਰਨਾ ਹੈ। ਭਾਈ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਬਾਖੂਬੀ ਨਾਲ ਅਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਤੁਸੀਂ ਐਕਸਪਲੇਨੇਸ਼ਨ ਕਰ ਰਹੇ ਹੋ ਜੀ, ਉਸ ਲਈ ਸਾਨੂੰ ਬਹੁਤ ਸਾਰੇ ਈਮੇਲਸ, ਫੋਨ ਕਾਲਸ ਅਤੇ ਟੈਕਸਟ ਮੈਸੇਜਸ ਆਉਂਦੇ ਨੇ। ਸੋ ਧੰਨਵਾਦ ਤੁਹਾਡਾ ਇਹ ਇਨੀਸ਼ੀਏਟਿਵ ਲੈਣ ਲਈ। ਕਿਹੜੀ ਅਸੀਸਾਂ ਦੀ ਗੁਰੂ ਸਾਹਿਬ ਗੱਲ ਕਰ ਰਹੇ ਨੇ, ਕਿਸ ਤਰ੍ਹਾਂ ਅਸੀਂ ਮੇਲ ਉਸ ਪਰਮਾਤਮਾ ਨਾਲ ਕਰਨਾ ਹੈ ਜੀ? ਹਾਂ, ਇੱਕ ਆਪਾਂ ਪਿਛਲੇ ਐਪੀਸੋਡ 'ਚ ਥੋੜ੍ਹਾ ਜਿਹਾ ਟੂਕ ਮਾਤਾ ਟੱਚ ਕੀਤਾ ਸੀ, ਉਹਨੂੰ ਨਾਲ ਮਿਲਾ ਕੇ ਦੇਖੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਕਿਹਾ ਸੀ, ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਠੀਕ, ਜਿੱਥੇ ਦੋ ਗੁਰਸੇ ਗੱਲਾਂ ਕਰਦੇ ਨੇ ਉਹ ਵੀ ਇੱਕ ਸਾਧ ਸੰਗਤ ਹੈ ਜੀ। ਤਾਂ ਜਿੱਥੇ ਵੀ ਗੁਰੂ ਕੀਆਂ ਵਿਚਾਰਾਂ ਹੁੰਦੀਆਂ ਨੇ ਉਹ ਇੱਕ ਸੰਗਤੀ ਸਰੂਪ ਬਣ ਜਾਂਦਾ ਹੈ। ਰਾਈਟ, ਕਦੀ ਕਿਸੇ ਦੇ ਘਰ ਗਏ, ਗੁਰੂ ਕੀਆਂ ਵਿਚਾਰਾਂ ਚੱਲੀਆਂ, ਆਨੰਦ ਹੀ ਆਨੰਦ ਬਣ ਜਾਂਦਾ ਹੈ, ਉਹ ਵੀ ਇੱਕ ਸਤਸੰਗਤ ਹੈ ਜੀ। ਕਦੀ ਕਿਸੇ ਦੇ ਘਰ ਜਾਈਏ, ਉਹ ਕਹਿੰਦੇ ਨੇ ਪੈਸਾ ਸਾਡੇ ਬੱਚਿਆਂ ਦੀ ਕਲਾਸ ਲਾ ਲਓ, ਬੱਚਿਆਂ ਦੀ ਕਲਾਸ ਲਾਉਣ ਲੱਗਦੇ ਹਾਂ, ਗੁਰੂ ਕੀਆਂ ਵਿਚਾਰਾਂ ਚੱਲਦੀਆਂ, ਸਤਸੰਗਤ ਬਣ ਜਾਂਦੀ ਹੈ। ਉਸ ਸਤਸੰਗਤ ਵਿੱਚੋਂ ਸਿੱਖ ਕੇ ਕੀ ਆਉਣਾ ਹੈ ਕਿ ਮੇਰੀ ਜ਼ਿੰਦਗੀ ਦਾ ਮੌਤ ਦਾ ਇੱਕ ਦਿਨ ਰੱਖਿਆ ਹੋਇਆ, ਰਾਈਟ, ਜਿੰਨਾ ਕੁ ਸਮਾਂ ਮਿਲਿਆ ਅਤੇ ਪਤਾ ਨਹੀਂ ਕਿੰਨਾ ਕੁ ਮਿਲਿਆ, ਪਰ ਉਹ ਕੁਛ ਜ਼ਿੰਦਗੀ 'ਚ ਐਸਾ ਕਰ ਜਾਈਏ ਜਿਹੜਾ ਹਿਸਟਰੀ ਬਣ ਜਾਵੇ। ਉਹਦੇ ਲਈ ਮਨ ਅੰਦਰ ਇੱਕ ਭੁੱਖ ਕਿ ਮੈਨੂੰ ਅਸੀਸਾਂ ਮਿਲਣ, ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲੇ, ਗੁਰੂ ਸਾਹਿਬ ਦੀ ਬਖਸ਼ਿਸ਼ ਮਿਲੇ ਅਤੇ ਸੰਗਤਾਂ ਦੀਆਂ ਅਸੀਸਾਂ ਮਿਲਣ। ਇੱਥੇ ਵੀਰ ਜੀ ਮੈਂ ਆਪਣੇ ਦਿਲ ਦੀ ਗੱਲ ਕਹਿਣੀ ਚਾਹਾਂਗਾ, ਮੇਰੇ ਖਿਆਲ 'ਚ ਤੁਹਾਡੇ ਮਨ ਵਿੱਚ ਵੀ ਇਹ ਵਿਚਾਰ ਹੋਏਗਾ। ਬਹੁਤ ਸਾਰੇ ਦਰਸ਼ਕ ਸਾਡੇ ਇਸ ਵੇਲੇ ਜਦੋਂ ਇਹ ਐਪੀਸੋਡ ਦੇਖ ਰਹੇ ਨੇ, ਹੋ ਸਕਦਾ ਕੋਈ ਨਾਲ ਚਾਹ ਪੀ ਰਿਹਾ ਹੋਵੇ, ਅਤੇ ਮੈਂ ਇਹ ਕਹਿਣਾ ਚਾਹਾਂਗਾ ਤੁਹਾਡੇ ਦਰਸ਼ਕੋ, ਤੁਸੀਂ ਸਾਡੇ ਲਈ ਸਤਿਕਾਰ ਪਾਤਰ ਹੋ। ਜਦੋਂ ਤੁਸੀਂ ਚਾਹ ਪੀਂਦਿਆਂ ਪੀਂਦਿਆਂ ਵੀ ਇਹ ਐਪੀਸੋਡ ਦੇਖ ਰਹੇ ਹੋ, ਮੈਨੂੰ ਸਾਨੂੰ ਦੋਨਾਂ ਨੂੰ ਤੁਹਾਡੀ ਅਸੀਸ ਵੀ ਮਿਲ ਰਹੀ ਹੈ ਅਤੇ ਸੱਚੀ ਤੁਹਾਡੇ ਚਾਹ ਦੀ ਘੁੱਟ ਵੀ ਸਾਡੇ ਕੋਲ ਪਹੁੰਚ ਜਾਂਦੀ ਹੈ। ਕੋਈ ਪ੍ਰਸ਼ਾਦਾ ਛਕਦਾ ਹੋਇਆ ਦੇਖ ਰਿਹਾ, ਕੋਈ ਕਹਿੰਦਾ ਵੀ ਆਹ ਕੰਮ ਕਰਦਿਆਂ ਦੇਖ ਰਿਹਾ, ਮੇਰੀਆਂ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨਾਲੇ ਨਾਲੇ ਸਬਜ਼ੀ ਕੱਟ ਲਵਾਂਗੇ ਮੂਹਰੇ, ਅਤੇ ਨਾਲੇ ਅਸੀਂ ਆਹ ਐਪੀਸੋਡ ਦੇਖ ਰਹੇ ਹਾਂ। ਮੈਨੂੰ ਤਾਂ ਇੱਦਾਂ ਲੱਗਦਾ ਕਿ ਜਦੋਂ ਕੋਈ ਸਾਡੀ ਭੈਣ ਇਹ ਦੇਖਦੇ ਆ ਐਪੀਸੋਡ, ਸਾਗ ਕੱਟਦੀ ਪਈ ਹੋਏਗੀ, ਅਤੇ ਸੱਚੀ ਸਾਨੂੰ ਇਨਡਾਇਰੈਕਟਲੀ ਉਹ ਸਾਗ ਦਾ ਵੀ ਆਨੰਦ ਮਿਲ ਰਿਹਾ। ਇਹ ਤੁਹਾਡੀਆਂ ਸਾਡੇ ਲਈ ਅਸੀਸਾਂ ਨੇ, ਨਾਲੇ ਸਬਜ਼ੀ ਕੱਟ ਲਵਾਂਗੇ, ਨਾਲੇ ਇਹ ਐਪੀਸੋਡ ਦੇਖ ਲਵਾਂਗੇ, ਨਾਲੇ ਚਲੋ ਚਾਹ ਪੀ ਲੈਂਦੇ ਹਾਂ, ਨਾਲੇ ਐਪੀਸੋਡ ਦੇਖ ਲੈਂਦੇ ਹਾਂ। ਬਿਲਕੁਲ ਜੀ, ਇਹ ਅਸੀਸਾਂ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਹਰ ਰੋਜ਼ ਕੋਈ ਨਾ ਕੋਈ ਸਾਡੇ ਬਜ਼ੁਰਗਾਂ ਦੀ ਕਾਲ ਜ਼ਰੂਰ ਆਉਂਦੀਆਂ ਨੇ ਅਤੇ ਉਹੀ ਮੋਟੀਵੇਸ਼ਨ ਦਿੰਦੀਆਂ ਨੇ, ਕਿਉਂਕਿ ਇਹ ਜੋ ਅਸੀਂ ਕੰਮ ਕਰ ਰਹੇ ਹਾਂ, ਤੁਹਾਨੂੰ ਪਤਾ ਮੀਡੀਆ ਦੇ ਵਿੱਚ ਪੈਸਾ ਨਹੀਂ ਹੈਗਾ, ਲੇਕਿਨ ਇੱਕ ਪੈਸ਼ਨ ਹੈਗਾ ਕਿ ਇਹ ਜੋ ਗੁਰੂ ਨੇ ਸੇਵਾ ਦਿੱਤੀ ਹੈ ਇਸ ਨੂੰ ਅਸੀਂ ਚੰਗੇ ਤਰੀਕੇ ਨਾਲ ਨਿਭਾ ਸਕੀਏ, ਅਤੇ ਹਰ ਰੋਜ਼ ਕੋਈ ਨਾ ਕੋਈ ਬਜ਼ੁਰਗਾਂ ਦਾ ਜਾਂ ਮਾਤਾਵਾਂ ਦਾ ਫੋਨ ਆ ਕੇ ਜਿਹੜੀ ਅਸੀਸ ਮਿਲਦੀ ਹੈ ਉਹੀ ਮੈਨੂੰ ਵੀ ਮੋਟੀਵੇਟ ਕਰਦੀਆਂ ਨੇ ਕਿ ਇਸ ਨੂੰ ਅਸੀਂ ਕੰਟੀਨਿਊ। ਬਿਲਕੁਲ ਬੀਜੀ, ਮੈਂ ਇੱਕ ਵਾਰੀ ਸੰਡੇ ਦਾ ਦੀਵਾਨ ਸੀਗਾ, ਇੱਕ ਬਜ਼ੁਰਗ ਮਾਤਾ ਮਿਲੀ, ਉਸ ਬਜ਼ੁਰਗ ਮਾਤਾ ਦਾ ਇੱਕ ਦੋਤਰਾ, ਆਪਣਾ ਪੋਤਰਾ, ਇੱਕ ਪੋਤਰੀ ਮੇਰੇ ਕੋਲ ਕੈਂਪ 'ਚ ਆਉਂਦੇ ਨੇ, ਛੋਟੇ ਛੋਟੇ ਨੇ, ਉਹ 3 ਸਾਲ ਦਾ ਪੋਤਰਾ ਹੈਗਾ ਅਤੇ ਪੋਤਰੀ ਜਿਹੜੀ 6 ਸਾਲ ਦੀ ਹੈ, ਕੈਂਪ 'ਚ ਆਉਂਦੇ ਨੇ ਨੈਚੁਰਲੀ, ਜੋ ਕੈਂਪ 'ਚੋਂ ਸਿੱਖ ਕੇ ਜਾਂਦੇ ਨੇ ਅਤੇ ਉਹ ਘਰ ਜਾ ਕੇ ਦੱਸਦੇ ਨੇ, ਘਰ ਜੋ ਇਫੈਕਟ ਪੈਂਦਾ ਉਹ ਮੈਨੂੰ ਨਹੀਂ ਪਤਾ ਹੁੰਦਾ, ਉਹ ਪੇਰੈਂਟਸ ਨੂੰ ਜ਼ਿਆਦਾ ਪਤਾ ਹੁੰਦਾ, ਠੀਕ ਹੈ ਨਾ, ਅਤੇ ਉਹ ਕਿੰਨੇ ਖੁਸ਼ ਹੁੰਦੇ ਨੇ ਇਹ ਵੀ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਅਤੇ ਉਹ ਦਾਦੀ ਮਾਂ ਓਵਰ ਏਜਡ ਹੈ ਅਤੇ ਬਹੁਤਾ ਕਦੀ ਆ ਨਹੀਂ ਸਕਦੀ ਅਤੇ ਉਹਦੇ ਪਹਿਲੀ ਵਾਰ ਆਈ, ਉਹ ਇੰਨਾ ਕੁ ਤਾਂ ਮੈਨੂੰ ਦਿਸੇ ਵੀ ਉਹ ਪੁੱਛ ਰਹੀ ਹੈ ਮੇਰੇ ਬਾਰੇ, ਉਹ ਪੁੱਛ ਰਹੀ ਸੀ ਵੀ ਇਹੀ ਨੇ ਭਾਈ ਸਾਹਿਬ ਵੀ ਜਿਹੜਾ ਵੀਰ, ਉਹ ਕਹਿੰਦੇ ਹਾਂਜੀ ਇਹੀ ਹੈ ਮੈਂ ਮਿਲਾਉਣੇ, ਅਤੇ ਮੈਨੂੰ ਕਹਿਣ ਲੱਗੇ ਸਾਡੇ ਮਾਤਾ ਜੀ ਨੇ, ਅਤੇ ਮੈਂ ਜਦੋਂ ਨੇੜੇ ਹੋ, ਚੱਲ ਮੈਂ ਥੋੜ੍ਹਾ ਝੁਕਿਆ ਗੋਡੀ ਹੱਥ ਲਾਉਣ ਵਾਸਤੇ ਨਾ, ਉਹ ਮਾਤਾ ਨੇ ਵੀਰ ਜੀ ਮੇਰੇ ਮੋਢੇ 'ਤੇ ਹੱਥ ਰੱਖ ਕੇ ਨਾ ਜੋ ਕਹਿ ਹੀ ਨਹੀਂ ਸਕੀ ਕੁਛ, ਬਸ ਵੈਰਾਗ ਦੇ ਹੰਝੂ ਹੈ ਨਾ,
ਤੇ ਮੇਰਾ ਵੀ ਮਨ ਭਰਿਆ ਵੀ ਮਾਤਾ ਦੀ ਅਸੀਸ ਕਿੱਡੀ ਵੱਡੀ ਸੀ। ਇੱਥੇ ਮੈਂ ਇੱਕ ਨੌਜਵਾਨ ਵੀਰਾਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਬੇਨਤੀ ਕਰਨੀ ਚਾਹਾਂਗਾ, ਅਸੀਂ ਕਦੀ ਕਦਾਈ ਜ਼ਿੰਦਗੀ 'ਚ ਆਪਣੇ ਮਾਤਾ ਪਿਤਾ ਨੂੰ ਕੌੜਾ ਬੋਲ ਬੈਠਦੇ ਹਾਂ, ਉਹ ਪਛਤਾਵਾ ਤਾਂ ਨਹੀਂ ਧੋਤਾ ਜਾਣਾ, ਪਰ ਜ਼ਿੰਦਗੀ 'ਚ ਕੋਸ਼ਿਸ਼ ਕਰੋ ਕਿ ਹਰ ਬਜ਼ੁਰਗ ਨੂੰ ਤੁਸੀਂ ਉਹਦੇ ਦੁੱਖ ਨੂੰ ਦੁੱਖ ਮਹਿਸੂਸ ਕਰੋ। ਐਬਸੋਲੂਟਲੀ ਬਜ਼ੁਰਗਾਂ ਨੂੰ ਸੁਣੋ ਜੋ ਕਹਿੰਦੇ ਨੇ, ਭਾਵਨਾ ਨਾਲ ਸੁਣੋ, ਪਤਾ ਨਹੀਂ ਕਿੰਨੀਆਂ ਅਸੀਸਾਂ ਦੇ ਜਾਂਦੇ ਨੇ। ਅਤੇ ਜ਼ਿੰਦਗੀ ਦਾ ਇੱਕ ਟਾਰਗੇਟ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਅਰਦਾਸਾਂ ਵੀ ਇਹੀ ਹੋਣ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਵਾਹਿਗੁਰੂ ਜੀ ਤਾਂ ਹਰ ਥਾਂ 'ਤੇ ਨੇ, ਉਹਨਾਂ ਦੀ ਐਗਜ਼ਿਸਟੈਂਸ ਹਰ ਥਾਂ 'ਤੇ ਹੈ, ਮੈਨੂੰ ਮਹਿਸੂਸ ਨਹੀਂ ਹੋ ਰਹੀ, ਸਤਿਗੁਰੂ ਮੇਰਾ ਮਿਲਾਪ ਹੋ ਜਾਵੇ, ਹਰ ਵੇਲੇ ਮਹਿਸੂਸ ਹੋਵੇ। ਜ਼ਿੰਦਗੀ ਜਿਤਨੇ ਵੀ ਫੈਸਲੇ ਲਈਏ ਰੱਬ ਤੋਂ ਡਰ ਕੇ ਲਈਏ, ਜਿਤਨੀਆਂ ਵੀ ਅਚੀਵਮੈਂਟਸ ਹੋਣ ਵਾਹਿਗੁਰੂ ਜੀ ਤੁਹਾਡਾ ਸ਼ੁਕਰਾਨਾ ਬਣਿਆ ਰਵੇ। ਆਹ ਇੱਕ ਜੁਗਤ ਦੱਸ ਦਿੱਤੀ, ਇੱਦਾਂ ਕਹਿ ਲਓ ਸਾਡੇ ਬਿਮਾਰ ਮਨ ਨੂੰ ਤੰਦਰੁਸਤ ਕਰਨ ਵਾਸਤੇ ਇੱਕ ਮੈਡੀਸਨ ਦੇ ਦਿੱਤੀ ਹੈ ਮੇਰੇ ਵੈਦ ਗੁਰੂ ਗੋਬਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਹੁਣ ਸਤਿਗੁਰੂ ਜੀ ਕਹਿੰਦੇ ਤੂੰ ਚਾਰ ਚੁਫੇਰੇ ਨਜ਼ਰ ਮਾਰ ਕੇ ਦੇਖ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਮੌਤ ਦਾ ਸੱਦਾ ਇੱਥੇ ਘਰ ਘਰ ਵਿੱਚ ਆਉਂਦਾ ਹੈ, ਕਦੋਂ ਆਉਂਦਾ ਕੁਛ ਨਹੀਂ ਪਤਾ, ਅਤੇ ਇਸ ਨੂੰ ਜੇ ਤੂੰ ਸਮਝੇਗਾ ਤਾਂ ਤੇਰਾ ਇਹ ਟਾਰਗੇਟ ਹੋਰ ਸਟਰੋਂਗ ਹੋ ਜਾਏਗਾ ਕਿ ਮੈਂ ਜ਼ਿੰਦਗੀ 'ਚ ਕੁਛ ਕਰਾਂ, ਪਤਾ ਨਹੀਂ ਕਦੋਂ ਕੀ ਹੋ ਜਾਵੇ। ਬਿਲਕੁਲ ਜੀ, ਜੇਕਰ ਪਤਾ ਸਾਡੇ ਐਂਡ ਡੈਸਟੀਨੇਸ਼ਨ ਜਿਹੜੀ ਹੈਗੀ ਉਹ ਮੌਤ ਹੀ ਹੈਗੀ ਹੈ, ਅਤੇ ਫਿਰ ਵਿਅਕਤੀ ਜੇਕਰ ਮੇਲ ਉਸ ਪਰਮਾਤਮਾ ਦੇ ਨਾਲ ਜਿਹੜਾ ਕਰਨਾ ਚਾਹੁੰਦਾ ਹੈ, ਤਾਂ ਫਿਰ ਉਸਦੇ ਜੀਵਨ ਦਾ ਜਿਹੜਾ ਸੋਚਣ ਦਾ ਪੱਧਰ ਹੈ ਉਹੀ ਚੇਂਜ ਹੋ ਜਾਏਗਾ, ਕਿਉਂਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਇਹ ਜ਼ਰੂਰ ਦੇਖੇਗਾ ਕਿ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਕਿਸੇ ਨੂੰ ਹਾਮ ਤਾਂ ਨਹੀਂ ਹੋ ਰਿਹਾ, ਅਤੇ ਮੈਂ ਉਹ ਗੁਰਮਤਿ ਦੇ ਰਸਤੇ ਦੇ ਉੱਤੇ ਹੀ ਆਪਣਾ ਜੀਵਨ ਜਿਹੜਾ ਬਤੀਤ ਕਰ ਰਿਹਾ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ, ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ, ਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਇਹ ਅਧਿਆਤਮਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਸੋਹਿਲਾ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਉਸ ਬਾਰੇ ਚਰਚਾ ਚੱਲ ਰਹੀ ਹੈ। ਭਾਈ ਰਾਮ ਸਿੰਘ ਜੀ ਨਾਲ ਬ੍ਰੇਕ ਤੋਂ ਪਹਿਲਾਂ ਜੋ ਗੱਲ ਚੱਲੀ ਸੀ, ਆਓ ਮੁੜ ਤੋਂ ਸ਼ਾਮਿਲ ਹੋ ਕੇ ਭਾਈ ਸਾਹਿਬ ਤੋਂ ਜਾਣਕਾਰੀ ਲੈ ਰਹੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਅਤੇ ਅਸੀਂ ਕੀ ਯਤਨ ਕਰ ਰਹੇ ਨੇ ਉਸ ਪਰਮਾਤਮਾ ਨਾਲ ਮੇਲ ਲਈ। ਜੀ ਭਾਈ ਸਾਹਿਬ ਜੀ। ਹਾਂਜੀ ਵੀਰੇ, ਦੋ ਚੀਜ਼ਾਂ ਨਿਖਰ ਕੇ ਸਾਹਮਣੇ ਆ ਗਈਆਂ। ਜਿੱਥੇ ਵੀ ਸਾਨੂੰ ਇਹ ਲਾਹਾ ਮਿਲ ਸਕਦਾ ਹੈ ਜੀ, ਕਿਸੇ ਵੀ ਰੂਪ 'ਚ ਮਿਲ ਸਕਦਾ ਹੈ ਕਿ ਵਾਹਿਗੁਰੂ ਜੀ ਦੀਆਂ ਵਿਚਾਰਾਂ ਸੁਣ ਕੇ ਸਾਡੇ ਅੰਦਰ ਇੰਸਟਾਲ ਹੋਣ, ਸਾਨੂੰ ਉਹ ਲਾਹੇ ਵਾਸਤੇ ਸਾਡਾ ਜ਼ਿੰਦਗੀ ਦਾ ਟਾਰਗੇਟ ਹੋਣਾ ਚਾਹੀਦਾ। ਕਿਤੇ ਵੀ ਹੋ ਸਕਦਾ। ਬਿਲਕੁਲ, ਤੁਸੀਂ ਆਪਣੇ ਕੰਮ ਵਿੱਚ ਗਏ, ਕੋਈ ਰੀਅਲ ਇਸਟੇਟ ਦਾ ਕੰਮ ਹੈ, ਕੋਈ ਟਰੱਕ ਡਰਾਈਵਰ ਦਾ ਹੈ, ਕਿਤੇ ਵੀ ਇਹ ਮੌਕਾ ਮਿਲ ਸਕਦਾ। ਅੱਜ ਇੰਟਰਨੈਟ ਰਾਹੀਂ ਮੌਕੇ ਮਿਲ ਸਕਦੇ ਨੇ, ਤਾਂ ਉਹ ਸਾਡਾ ਟਾਰਗੇਟ ਹੋਵੇ ਕਿ ਮੈਂ ਇਹ ਲਾਹਾ ਪ੍ਰਾਪਤ ਕਰਨਾ। ਪੁਰਾਤਨ ਸਮਿਆਂ ਦੇ ਵਿੱਚ ਜੀ ਗੁਰੂ ਕੇ ਗੁਰਸਿੱਖਾਂ ਦੀਆਂ ਸਾਖੀਆਂ ਵਿੱਚ ਗੱਲ ਬੜੀ ਕਮਾਲ ਦੀ ਆਉਂਦੀ ਹੈ ਜੀ। ਜਦੋਂ ਕਿਸੇ ਨਾਲ ਤੁਰਨਾ, ਉਹਨੂੰ ਕਹਿਣਾ ਜਾਂ ਰੱਬ ਦੀ ਸੁਣਾ ਦੇ ਅਤੇ ਜਾਂ ਰੱਬ ਦੀ ਸੁਣ ਲੈ। ਕਿਆ ਬਾਤ ਹੈ! ਇੱਕ ਇਹ ਟਾਰਗੇਟ, ਦੂਸਰਾ ਟਾਰਗੇਟ ਕਿ ਮੌਤ ਪਤਾ ਨਹੀਂ ਕਦੋਂ ਮੌਤ ਰੂਪੀ ਬਾਜ ਆ ਜਾਵੇ, ਕਦੋਂ ਕੇਲ ਕਰੇਂਦੇ ਹਾਂਜਨੋ ਚਿੰਤੇ ਬਾਜ ਪਏ ਦੀ ਖੇਡ ਵਾਪਰ ਜਾਵੇ, ਤਾਂ ਜ਼ਿੰਦਗੀ ਵਿੱਚ ਕੁਛ ਕਰਨਾ ਹੈ। ਤਾਂ ਉਹ ਮਹਿਸੂਸ ਕਰਾਇਆ ਗਿਆ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਹਰ ਘਰ ਦੇ ਵਿੱਚ ਮੌਤ ਦੇ ਸੱਦੇ ਆਉਂਦੇ ਨੇ, ਪਤਾ ਨਹੀਂ ਕਦੋਂ ਆਉਂਦੇ ਨੇ। ਅਤੇ ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹਾਂਗਾ, ਜਦੋਂ ਤੁਸੀਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹੋ, ਕੀ ਇਸ ਤਰ੍ਹਾਂ ਮਹਿਸੂਸ ਕਰਕੇ ਕਰਦੇ ਹੋ ਜਾਂ ਉੱਦਾਂ ਹੀ ਫਾਸਟ ਫਾਸਟ ਪੜ ਜਾਂਦੇ? ਅਤੇ ਦੂਸਰੀ ਗੱਲ ਵੀਰ ਜੀ, ਤੁਸੀਂ ਆਪਣੇ ਵਿਊ ਦਿਓ, ਜੇ ਬੰਦਾ ਇਹ ਮਹਿਸੂਸ ਕਰਕੇ ਨਿਤ ਪੜ੍ਹਦਾ ਹੋਵੇ, ਕੈਸੀ ਕਮਾਲ ਦੀ ਬਾਤ ਬਣੇ। ਬਿਲਕੁਲ ਜੀ, ਉਹਦੇ ਵਿੱਚ ਤੁਸੀਂ ਕਦੇ ਵੀ ਤੁਹਾਡੀ ਸੋਚ ਜਿਹੜੀ ਹੈ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਕਦੀ ਗਲਤ ਸੋਚੋਗੇ ਨਹੀਂ, ਕਿਸੇ ਦਾ ਮਾੜਾ ਸੋਚੋਗੇ ਨਹੀਂ, ਤੁਸੀਂ ਕੋਈ ਗਲਤ ਕੰਮ ਕਰੋਗੇ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਟਾਰਗੇਟ ਜਿਹੜਾ ਉਹ ਤੁਹਾਡੇ ਕੋਲ ਆ ਹੀ ਜਾ ਰਿਹਾ। ਹਾਂਜੀ, ਹਰ ਸਵਾਸ ਜਿਹੜਾ ਅਸੀਂ ਲੈ ਰਹੇ ਹਾਂ ਉਸਦੇ ਨਾਲ ਅਸੀਂ ਉਸ ਮੰਜ਼ਿਲ ਤੱਕ ਪਹੁੰਚ ਰਹੇ ਹਾਂ, ਹੌਲੀ ਹੌਲੀ ਸਾਡੀ ਡੈਸਟੀਨੇਸ਼ਨ ਕੋਲ ਆਉਂਦੀ ਜਾ ਰਹੀ ਹੈ। ਹਾਂਜੀ ਹਾਂਜੀ। ਸੋ ਇਹ ਜੇ ਅਹਿਸਾਸ ਹੋ ਜਾਏ ਫਿਰ ਤਾਂ ਪ੍ਰੋਬਲਮ ਹੀ ਖਤਮ ਹੋ ਜਾਏ। ਅਤੇ ਜੇ ਕਿਤੇ ਇਹ ਟੀਨ ਏਜ ਵਿੱਚ ਉਕਰੀ ਜਾਵੇ, ਬਿਲਕੁਲ
ਜੇ ਕਿਤੇ ਮਾਪੇ ਥੋੜ੍ਹਾ ਥੋੜ੍ਹਾ ਯਤਨ ਕਰਨ ਪਹਿਲੇ 7 ਸਾਲ ਦੀ ਉਮਰ ਵਿੱਚ ਉਹਨਾਂ ਅੰਦਰ ਉਕਰ ਦੇਣ ਅਤੇ ਉਸ ਤੋਂ ਬਾਅਦ 7 ਸਾਲ ਤੋਂ 14 ਸਾਲ ਦੀ ਉਮਰ ਤੱਕ ਉਹਦੀ ਨੀਂਹ ਪੱਕੀ ਹੋ ਜਾਵੇ ਜੀ ਅਤੇ ਸਾਡੀ ਸਿੱਖ ਸੁਸਾਇਟੀ ਕਿੱਥੇ ਪਹੁੰਚ ਜਾਏਗੀ। ਬਿਲਕੁਲ ਜੀ, ਇਹੀ ਆਸ ਕਰਦੇ ਹਾਂ ਕਿ ਜਿਹੜੀਆਂ ਅਕੈਡਮੀਆਂ ਬਣਾਉਣ ਦਾ ਸੁਪਨਾ ਤੁਹਾਡਾ ਉਸਦੇ ਵਿੱਚ ਇਹ ਸਿਲੇਬਸ ਜਿਹੜਾ ਇਹ ਹੌਲੀ ਹੌਲੀ ਸੈਟਅਪ ਹੋ ਜਾਏ ਜਿਹਦੇ ਨਾਲ ਕਿ ਜੀਵਨ ਨਾਲ ਜੁੜੀਆਂ ਹੋਈਆਂ ਗੁਰਮਤ ਨਾਲ ਇਹ ਸਿਧਾਂਤ ਜਿਹੜੇ ਨੇ ਸਾਨੂੰ ਪਤਾ ਲੱਗਣ ਅਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਇਸ ਨੂੰ ਸਮਝ ਸਕੇ। ਕਿਉਂਕਿ ਅੱਜ ਜਿਸ ਤਰ੍ਹਾਂ ਅਸੀਂ ਲੋਅਰ ਮੇਨਲੈਂਡ ਵਿੱਚ ਹੀ ਦੇਖ ਰਹੇ ਹਾਂ ਕਿ ਜਿਹੜੀ ਜੰਗ ਲੱਗੀ ਹੋਈ ਹੈ, ਜਿਸ ਵਿੱਚ ਕਿ ਸਾਡੇ ਬੱਚੇ ਇਸ ਦਲਦਲ ਵਿੱਚ ਫਸਦੇ ਜਾ ਰਹੇ ਨੇ, ਮਾਂ ਪਿਓ ਬੇਬਸ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ। ਸੋ ਆਸ ਇਹ ਹੈਗੀ ਹੈ ਕਿ ਇਸ ਉੱਤੇ ਕੋਈ ਨਾ ਕੋਈ ਕੰਕਰੀਟ ਸਟੈਪ ਲਿਆ ਜਾਏਗਾ ਅਤੇ ਇਹ ਮੈਸੇਜਿਸ ਜਿਹੜੇ ਨੇ ਲੋਕ ਵੀ ਜਿਹੜੇ ਹੈਗੇ ਨੇ ਹਰ ਘਰ ਵਿੱਚ ਫੈਲਾਉਣ ਵਿੱਚ ਆਪਣਾ ਯੋਗਦਾਨ ਪਾਉਣ। ਹਾਂਜੀ, ਇਸ ਸ਼ਬਦ ਦੀ ਲਾਸਟ ਪੰਕਤੀ, ਸੱਦਣ ਹਾਰਾ ਸਿਮਰੀ ਹੈ ਜੀ। ਉਹ ਜਿਹੜੇ ਸੱਦੇ ਆ ਰਹੇ ਨਾ ਮੌਤ ਦੇ ਜੀ, ਉਹ ਜਿਹਨੇ ਸੱਦਾ ਭੇਜਣਾ ਨਾ ਉਹਦਾ ਸਿਮਰਨ, ਉਹਦੀ ਯਾਦ ਤੇਰੇ ਅੰਦਰ ਚੱਲਣੀ ਚਾਹੀਦੀ ਹੈ। ਨਾਨਕ ਸੇ ਦੇਹ ਆਵਨ। ਹੁਣ ਇੱਥੇ ਨਾ ਇੱਕ ਬੜੀ ਕਮਾਲ ਦੀ ਰਮਝ ਰੱਖ ਦਿੱਤੀ। ਉੱਥੇ ਤਾਂ ਵਿਆਹ ਦਾ ਸੱਦਾ ਹੈ, ਵਿਆਹ ਦਾ ਸੱਦਾ, ਲੜਕੀ ਦੇ ਵਿਆਹ ਦਾ ਸੱਦਾ ਹੈ, ਠੀਕ ਹੈ ਜੀ, ਸਾਹੇ ਦੀ ਚਿੱਠੀ ਜਿਹਨੂੰ ਕਹਿੰਦੇ ਆ। ਅਤੇ ਉੱਥੇ ਤਾਂ ਆਪਣੇ ਆਪ ਹੀ ਸੱਦਾ ਭੇਜਣ ਵਾਲਿਆਂ ਦੀ ਅੰਦਰ ਖਿੱਚ ਹੈ ਲੜਕੀ ਦੇ ਅੰਦਰ, ਕਿਉਂਕਿ ਪਤੀ ਮਿਲਾਪ ਹੋ ਰਿਹਾ, ਠੀਕ ਹੈ ਨਾ ਜੀ। ਇੱਥੇ ਸੱਦਾ ਜਿਹੜਾ ਭੇਜਿਆ ਜਾ ਰਿਹਾ ਉਹ 99% ਨੂੰ ਕੌੜਾ ਲੱਗ ਰਿਹਾ ਹੈ ਨਾ। ਉਹ ਕਹਿੰਦੇ ਨੇ ਮੌਤ ਦਾ ਸੱਦਾ ਸਾਡੇ ਘਰ ਨਾ ਆਵੇ। ਪੰਜਾਬ ਦੇ ਪਿੰਡਾਂ ਦੀ ਕਹਾਵਤ ਹੈ ਕਿ ਇੱਕ ਸੱਸ ਆਪਣੀ ਨੂੰਹ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਹ ਹਮੇਸ਼ਾ ਕਿਹਾ ਕਰੇ, ਸੁਣਾ ਕੇ ਕਿਹਾ ਕਰੇ, ਹੇ ਪਰਮਾਤਮਾ ਮੈਂ ਤਾਂ ਬਜ਼ੁਰਗ ਹੋ ਚੁੱਕੀ ਹਾਂ, ਮੇਰੀ ਨੂੰਹ ਨੂੰ ਕੁਛ ਨਾ ਹੋਵੇ ਅਤੇ ਮੈਨੂੰ ਭਾਵੇਂ ਮੌਤ ਆ ਜਾਵੇ, ਇਹ ਕਿਹਾ ਕਰੇ। ਇੱਕ ਦਿਨ ਨਾ ਕੋਲ ਮੱਝ ਜਿਹੜੀ ਹੈ ਉਹਨਾਂ ਦੀ, ਰਾਤ ਦਾ ਸਮਾਂ ਸੀ ਅਤੇ ਮੱਝ ਇੱਦਾਂ ਕਰਕੇ ਕਿਤੇ ਸੰਗਲ ਖੁੱਲ੍ਹ ਗਿਆ, ਉਹਦਾ ਖੁੱਲ੍ਹ ਗਿਆ ਅਤੇ ਉਹ ਇੱਦਾਂ ਕਰਦੀ ਕਰਦੀ ਉਹ ਜਿਹੜੀ ਖਾਲ ਵਾਲੀ ਤੌੜੀ ਸੀ ਨਾ ਉਹਦੇ 'ਚ ਮੂੰਹ ਪਾਇਆ ਅਤੇ ਮੂੰਹ ਫਸ ਗਿਆ। ਉਹ ਮੂੰਹ ਫਸਿਆ ਹੋਇਆ ਤਾਂ ਚੱਕਿਆ, ਉਹ ਹਨੇਰਾ ਸੀ, ਮਾਤਾ ਨੂੰ ਪਤਾ ਨਾ ਲੱਗੇ ਅਤੇ ਮੱਝ ਇੱਦਾਂ ਇੱਦਾਂ ਕਰਦੀ ਆਵੇ। ਜਦੋਂ ਆਈ ਉਹਨੇ ਸੋਚਿਆ ਵੀ ਮੈਂ ਤਾਂ ਅਸੀਂ ਕਹੀ ਜਾਂਦੀ ਮੌਤ ਆ ਗਈ। ਉਹ ਕਹਿੰਦੀ ਹੇ ਪਰਮਾਤਮਾ ਮੇਰੀ ਨੂੰਹ ਦਾ ਮੰਜਾ ਤਾਂ ਉੱਧਰ ਹੈ। ਇਹ ਮੌਤ ਦਾ ਸੱਦਾ ਲੋਕਾਂ ਨੂੰ ਕੌੜਾ ਲੱਗਦਾ ਹੈ, ਡਰ ਲੱਗਦਾ, ਔਰ ਇਹ ਉਹ ਦਰਵਾਜ਼ਾ ਹੈ ਜਿਸ ਦਰਵਾਜ਼ੇ ਵਿੱਚੋਂ ਦੀ ਇੱਕ ਨਾ ਇੱਕ ਦਿਨ ਹਰ ਇੱਕ ਨੇ ਲੰਘਣਾ ਹੈ। ਬਿਲਕੁਲ, ਇਹ ਕੌੜਾ ਹੀ ਤਾਂ ਲੱਗਦਾ ਹੈ ਕਿਉਂਕਿ ਜ਼ਿੰਦਗੀ 'ਚ ਕੁਛ ਕੀਤਾ ਨਹੀਂ। ਜੇ ਜ਼ਿੰਦਗੀ 'ਚ ਹਿਸਟਰੀ ਬਣਾਉਣ ਵਾਲੀਆਂ ਚੀਜ਼ਾਂ ਕੀਤੀਆਂ ਹੋਣ ਤਾਂ ਫਿਰ ਇੱਕ ਫਖਰ ਹੁੰਦਾ, ਇੱਕ ਵਿਸ਼ਵਾਸ ਹੁੰਦਾ, ਪਰਮਾਤਮਾ ਭਾਵੇਂ ਮੈਨੂੰ ਅੱਜ ਲੈ ਜਾ ਪਰ ਜੋ ਤੁਸੀਂ ਬਖਸ਼ਿਸ਼ਾਂ ਕਰਕੇ ਆਪ ਕਰਵਾਇਆ ਉਹ ਕਰਕੇ ਮੈਨੂੰ ਪਤਾ ਹੈ ਕਿ ਮੇਰੇ 'ਤੇ ਤੁਸੀਂ ਖੁਸ਼ ਹੋਣਾ। ਰਾਈਟ, ਹੁਣ ਉਹ ਹਰ ਵੇਲੇ ਸੱਦਣ ਸੱਦਾ ਭੇਜਣ ਵਾਲੇ ਵਾਹਿਗੁਰੂ ਜੀ ਦੀ ਯਾਦ ਬਣੇ ਜੀ। ਠੀਕ ਹੈ, ਇਹ ਤਾਂ ਹੋ ਗਿਆ ਨਾ, ਅਸੀਂ ਰਾਤ ਨੂੰ ਪੜ੍ਹ ਲਿਆ, ਇਹਨੂੰ ਜਿਉਣਾ ਕਦੋਂ ਹੈ? ਕੰਮ ਧੰਦਿਆਂ ਵਿੱਚ, ਬਿਲਕੁਲ, ਸਮਾਜ ਵਿੱਚ ਵਿਚਰਦੇ ਹਾਂ, ਪਰਿਵਾਰ ਵਿੱਚ ਵਿਚਰਦੇ ਹਾਂ। ਅਤੇ ਹੁਣ ਇੱਥੇ ਗੱਲ ਬੜੀ ਅਗਲੇ ਸ਼ਬਦ ਵਿੱਚ ਇੱਕ ਕਲੀਅਰ ਹੋਏਗੀ ਕਿ ਉਹਦੀ ਐਗਜ਼ਿਸਟੈਂਸ ਫੀਲ ਨਹੀਂ ਹੋ ਰਹੀ ਤਾਂ ਉਹ ਫੀਲ ਕਿਵੇਂ ਹੋਵੇ? ਐਂਡ ਉਹੀ ਕਾਰਨ ਹੈ ਕਿ ਅੱਜ ਸਾਡੀਆਂ ਸਮੱਸਿਆਵਾਂ ਜਿਹੜੀਆਂ ਇਹੀ ਨੇ ਕਿ ਗੁਰਬਾਣੀ ਦਾ ਪਾਠ ਤਾਂ ਅਸੀਂ ਬਹੁਤ ਕਰ ਰਹੇ ਹਾਂ, ਹਾਂਜੀ, ਲੇਕਿਨ ਜਿਹੜੀ ਤੁਸੀਂ ਫੀਲਿੰਗ ਦੀ ਗੱਲ ਕਹੀ, ਰੋਜ਼ਮਰਾ ਜ਼ਿੰਦਗੀ 'ਤੇ ਜੋ ਸਵੇਰੇ ਰਾਤ ਨੂੰ ਅਸੀਂ ਪੜ੍ਹ ਕੇ ਜਦੋਂ ਸਵੇਰੇ ਕੰਮ 'ਤੇ ਜਾਂਦੇ ਹਾਂ, ਕੀ ਉਹ ਅਹਿਸਾਸ ਸਾਡੇ 'ਚ ਕੰਟੀਨਿਊ ਕਰ ਰਿਹਾ ਹੈ ਜਾਂ ਅਸੀਂ ਸਿਰਫ ਰਾਤ ਨੂੰ ਹੀ ਉਸਨੂੰ ਸਿਰਫ ਪੜ੍ਹ ਲਿਆ ਅਤੇ ਮੂੰਹ ਜ਼ੁਬਾਨੀ ਬੋਲ ਕੇ ਉਸਨੂੰ ਸਮਾਪਤ ਕਰਤਾ? ਜੇ ਇਹ ਅਹਿਸਾਸ ਚੱਲੇ ਤਾਂ ਫਿਰ ਭਾਈ ਸਾਹਿਬ ਅੱਜ ਜੋ ਸਾਡੀਆਂ ਸਮੱਸਿਆਵਾਂ ਨੇ, ਸਾਡੀਆਂ ਚੈਲੰਜਸ ਜਿਹੜੇ ਅਸੀਂ ਫੇਸ ਕਰ ਰਹੇ ਹਾਂ ਐਜ਼ ਅ ਕਮਿਊਨਿਟੀ ਆਲਸੋ, ਅੱਜ ਇਹ ਸਮਾਂ ਆ ਗਿਆ ਜਿੱਥੇ ਕਿ ਈਵਨ ਕੈਨੇਡਾ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਪੰਜਾਬੀ ਪੰਜਾਬੀ ਨੂੰ ਕਹਿੰਦਾ ਕਿ ਜੀ ਯਾਰ ਮੈਨੂੰ ਪੰਜਾਬੀ ਕੋਲ ਕੰਮ ਨਾ ਕਰਨਾ ਪਏ, ਮੈਂ ਕਿਤੇ ਹੋਰ ਜਾ ਕੇ ਕੰਮ ਕਰਾਂ। ਬਿਲਕੁਲ, ਕਿਉਂ? ਕਿਉਂਕਿ ਅਸੀਂ ਬਾਣੀ ਤਾਂ ਬਹੁਤ ਪੜ੍ਹੀ ਲੇਕਿਨ ਉਸਨੂੰ ਇੰਪਲੀਮੈਂਟ ਨਹੀਂ ਕਰ ਰਹੇ, ਜਿਸ ਕਾਰਨ ਇਹ ਸਾਰੇ ਇਸ਼ੂਜ਼ ਜਿਹੜੇ ਨੇ ਚੈਲੰਜਸ ਸਾਡੇ ਸਾਹਮਣੇ ਆ ਰਹੇ ਨੇ। ਸੋ ਲੈਣੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿਸ ਤਰੀਕੇ ਨਾਲ ਇਹ ਅਹਿਸਾਸ ਜਾਗਰਿਤ ਰਹੇ, ਯਾਨੀ ਕਿ ਰੋਜ਼ਮਰਾ ਜ਼ਿੰਦਗੀ ਜਿਸ ਵੀ ਕੰਮ ਕਾਜ 'ਚ ਅਸੀਂ ਬਿਜ਼ੀ ਹੈਗੇ ਹਾਂ ਉੱਥੇ ਕਿਵੇਂ ਉਸਨੂੰ ਅਸੀਂ ਰਿਫਲੈਕਟ ਕਰ ਸਕੀਏ, ਕਿਵੇਂ ਆਪਣੀ ਆਈਡੈਂਟੀ ਜਿਹੜੀ ਹੈ ਉਸਨੂੰ ਇੱਕ ਵੱਖਰਾ ਆਮ ਨਾਲੋਂ ਕਰ ਸਕੀਏ, ਇਸ ਉੱਤੇ ਗੱਲ ਕਰਨੇ ਆ ਇਸ ਬ੍ਰੇਕ ਤੋਂ ਬਾਅਦ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ ਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਇਹ ਅਧਿਆਤਮਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ।
ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਇਹੀ ਟਰਾਂਸਪੋਰਟੇਸ਼ਨ। ਜਿਸ ਕੰਸੈਪਟ ਬਾਰੇ ਜੇ ਅਸੀਂ ਗੱਲਬਾਤ ਕਰ ਰਹੇ ਹਾਂ, ਸੋਹਿਲਾ ਦੀ ਬਾਣੀ ਜੋ ਅਸੀਂ ਹਰ ਰੋਜ਼ ਪੜ੍ਹਦੇ ਹੈਗੇ ਹਾਂ, ਉਸਦੇ ਵਿੱਚ ਕੀ ਉਹ ਜੋ ਮੈਸੇਜ ਹੈ ਕੀ ਅਸੀਂ ਗ੍ਰਹਿਣ ਕਰ ਸਕੇ ਹਾਂ ਪਿਛਲੇ ਸਮੇਂ ਦੇ ਦੌਰਾਨ? ਅੱਜ ਜੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ, ਕਹਿੰਦੇ ਨੇ ਜੀ ਇੱਕ ਅਵਾਰਡ ਖੁੱਲ੍ਹ ਜਾਂਦੇ ਨੇ, ਉਹ ਵਾਲਾ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਕਿ ਇਹ ਐਪੀਸੋਡ ਹੈਗਾ, ਜਿਸ ਦੇ ਵਿੱਚ ਕਿ ਇਹ ਚੀਜ਼ ਨੂੰ ਰਿਅਲਾਈਜ਼ ਜੇਕਰ ਅਸੀਂ ਕਰ ਲਈਏ ਕਿ ਮੌਤ ਦਸਤਕ ਦੇ ਰਹੀ ਹੈ, ਅੱਜ ਨਹੀਂ ਤਾਂ ਕੱਲ੍ਹ ਅਸੀਂ ਉਸ ਮੰਜ਼ਿਲ 'ਤੇ ਤੁਰ ਰਹੇ ਹਾਂ ਜਿੱਥੇ ਕਿ ਸਾਡੀ ਡੈਸਟੀਨੇਸ਼ਨ 'ਤੇ ਪਹੁੰਚ ਜਾਣਾ ਹੈ, ਜੇਕਰ ਸਿਰਫ ਇਹੀ ਅਹਿਸਾਸ ਅਸੀਂ ਕਰ ਲਾਂਗੇ ਤਾਂ ਯਕੀਨਨ ਤੌਰ ਦੇ ਉੱਤੇ ਅਸੀਂ ਕਦੀ ਕੁਝ ਗਲਤ ਕਰਾਂਗੇ ਹੀ ਨਹੀਂ, ਕਿਉਂਕਿ ਸਾਨੂੰ ਪਤਾ ਹੈ, ਸਾਡਾ ਅਨੁਭਵ ਹੋ ਜਾਏਗਾ ਕਿ ਅਸੀਂ ਜੋ ਕਰਨ ਜਾ ਰਹੇ ਹਾਂ ਇਹ ਐਂਡ ਰਿਜ਼ਲਟ ਕੀ ਹੋਏਗਾ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ ਅਸੀਂ ਪੜ੍ਹਦੇ ਹਾਂ, ਸੋ ਫਿਰ ਇਹ ਚੀਜ਼ ਸਾਡੇ 'ਤੇ ਪਾਰੂ ਹੋ ਰਹੇਗੀ ਅਤੇ ਅਸੀਂ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਸਾਨੂੰ ਜ਼ਰੂਰ ਅੰਦਰੋਂ ਆਵਾਜ਼ ਝੰਜੋੜੇਗੀ ਕਿ ਇਹ ਕੰਮ ਤੂੰ ਨਾ ਕਰ। ਗੁਰੂ ਸਾਹਿਬ ਇਸ ਬਾਰੇ ਕੀ ਕਹਿ ਰਹੇ ਨੇ ਜੀ? ਆਓ ਸ਼ਾਮਿਲ ਹੁੰਦੇ ਹਾਂ ਭਾਈ ਰਾਮ ਸਿੰਘ ਜੀ ਨਾਲ ਅਤੇ ਜਾਣਕਾਰੀ ਲੈਂਦੇ ਹਾਂ ਜੀ। ਭਾਈ ਸਾਹਿਬ ਹਾਂਜੀ ਵੀਰ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਸਾਡੇ ਦਰਸ਼ਕਾਂ ਦਾ। ਆਪਾਂ ਆਖਰੀ ਪੰਕਤੀ ਵਿੱਚ ਆ ਰਹੇ ਸੀ ਜੀ, ਅਤੇ ਤੁਸੀਂ ਬੜੀ ਸੋਹਣੀ ਗੱਲ ਕਹੀ ਸੀ ਕਿ ਜੇ ਗੁਰਬਾਣੀ ਸੱਚਮੁੱਚੀ ਪ੍ਰਚਾਰਨ ਵਿੱਚ ਅਸੀਂ ਕਾਮਯਾਬ ਹੋ ਜਾਈਏ ਤਾਂ ਸਾਨੂੰ ਪਤਾ ਲੱਗੇਗਾ ਅਸੀਂ ਕਰਮ ਕਾਂਡ ਵਾਲੇ ਪਾਸੇ ਕਿਉਂ ਜੇ ਰਹਿ ਗਏ। ਬਿਲਕੁਲ, ਇੱਕ ਪੱਖ ਸਾਡਾ ਬਹੁਤ ਕਮਜ਼ੋਰ ਜਾ ਰਿਹਾ। ਕੋਈ ਵੀ ਕੰਮ ਕਰਨਾ ਹੋਵੇ ਤੁਹਾਨੂੰ ਟਾਰਗੇਟ ਕਲੀਅਰ ਹੋਣਾ ਚਾਹੀਦਾ, ਮੈਂ ਕਿਉਂ ਕਰ ਰਿਹਾ। ਇੱਕ ਵਿਦਵਾਨ ਸੱਜਣ ਨੇ ਬੜੀ ਸੋਹਣੀ ਵਿਚਾਰ ਦਿੱਤੀ ਸੀ, ਉਹ ਕਹਿੰਦੇ ਤੁਰਦਾ ਤਾਂ ਇੱਕ ਪਾਗਲ ਵੀ ਹੈ ਅਤੇ ਤੁਰਦਾ ਆਮ ਬੰਦਾ ਵੀ ਹੈ, ਦੋਨਾਂ ਦਾ ਇੱਕ ਫਰਕ ਹੈ। ਆਮ ਬੰਦੇ ਨੂੰ ਪਤਾ ਮੈਂ ਕਿੱਥੇ ਜਾ ਰਿਹਾ, ਪਾਗਲ ਦਾ ਟਾਰਗੇਟ ਹੀ ਕੋਈ ਨਹੀਂ, ਉਂਝ ਹੀ ਤੁਰਿਆ ਜਾਏਗਾ, ਜਿਹਦੇ ਨੂੰ ਮੂੰਹ ਕੀਤਾ ਮੁੜ ਜਾਏਗਾ, ਠੀਕ ਹੈ ਜੀ। ਉਹ ਖਾਈ ਜਾ ਰਿਹਾ, ਉਹਨੂੰ ਕੁਛ ਨਹੀਂ ਪਤਾ, ਟਾਰਗੇਟ ਹੀ ਕੋਈ ਨਹੀਂ ਹੈ। ਜੇ ਸਾਡਾ ਟਾਰਗੇਟ ਕਲੀਅਰ ਨਹੀਂ ਹੈ ਤਾਂ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਾਂਗੇ। ਅੱਜ ਜਿਹੜਾ ਇੱਥੇ ਮੈਂ ਪਹਿਲਾਂ ਇੱਕ ਚਾਉ ਜਗਾਉਣ ਵਾਸਤੇ ਦੱਸਣਾ ਚਾਹਾਂਗਾ, ਇੱਕ ਐਕਸਪੈਰੀਮੈਂਟ ਕੀਤਾ ਗਿਆ ਪਰ ਉਹ ਭਾਵੇਂ ਪੂਰਾ ਕਾਮਯਾਬ ਨਹੀਂ ਹੋਇਆ ਪਰ ਮੈਨੂੰ ਬੜਾ ਚੰਗਾ ਲੱਗਿਆ। ਬੋਂਬੇ ਅੰਦਰ ਉਹਨਾਂ ਨੇ ਹਰ ਤਾਂ ਨਹੀਂ, ਖੈਰ ਥੋੜ੍ਹੇ ਜਿਹੇ ਗੁਰਦੁਆਰਿਆਂ ਵਿੱਚ ਉਹਨਾਂ ਨੇ ਕੀ ਕੀਤਾ ਸੀ ਕਿ ਪ੍ਰਬੰਧਕ ਕਮੇਟੀ ਬਣਾਈ, ਇੱਕ ਧਰਮ ਪ੍ਰਚਾਰ ਕਮੇਟੀ ਬਣਾਈ। ਰਾਈਟ, ਪਰ ਉਸ ਵਿੱਚ ਥੋੜ੍ਹੀ ਕਮਜ਼ੋਰੀ ਇਹ ਆ ਰਹੀ ਹੈ ਕਿ ਧਰਮ ਪ੍ਰਚਾਰ ਕਮੇਟੀ ਨੂੰ ਫੰਡ ਮੁਹੱਈਆ ਨਹੀਂ ਕੀਤਾ ਜਾਂਦਾ, ਇੰਡੀਪੈਂਡੈਂਟ ਕੰਮ ਨਹੀਂ ਕਰਨ ਦਿੱਤਾ ਜਾਂਦਾ ਜੀ। ਬਹੁਤੇ ਪ੍ਰਬੰਧਕ ਜਿਹੜੇ ਨੇ ਉਹਨਾਂ ਦਾ ਜਿਹੜਾ ਟਾਰਗੇਟ ਹੈ ਨਾ ਜੀ, ਟਾਰਗੇਟ ਉਹਨਾਂ ਦਾ ਪ੍ਰਚਾਰ ਨਹੀਂ ਹੈ, ਟਾਰਗੇਟ ਹੈ ਲੋਕਾਂ ਨੂੰ ਖੁਸ਼ ਕਰਨ ਦਾ। ਅਤੇ ਇਹ ਗੱਲ ਮੈਂ ਬੜੇ ਦੁੱਖ ਨਾਲ ਕਹਿਣੀ ਚਾਹਾਂਗਾ ਕਿ ਪ੍ਰਬੰਧਕ ਉੱਥੋਂ ਦੇ ਜਿਹੜੇ ਵਿਚਾਰੇ ਗ੍ਰੰਥੀ ਸਿੰਘ ਨੇ, ਪ੍ਰਚਾਰਕ ਨੇ, ਰਾਗੀ ਸਿੰਘ ਨੇ, ਚਾਹੇ ਉਹਨਾਂ ਦੇ ਪੱਕੇ ਰੱਖੇ ਹੋਏ ਨੇ ਅਤੇ ਚਾਹੇ ਉਹ ਐਜ ਏ ਮਿਸਟਰ ਬੁਲਾਏ ਗਏ ਨੇ, ਉਹਨਾਂ 'ਤੇ ਬਹੁਤ ਤਕੜਾ ਇੱਕ ਪ੍ਰੈਸ਼ਰ ਹੁੰਦਾ ਹੈ ਔਰ ਇੰਨਾ ਪ੍ਰੈਸ਼ਰ ਹੁੰਦਾ ਹੈ ਜੀ। ਮੰਨ ਲਓ ਇੱਕ ਬੰਦੇ ਦੀ ਡਿਊਟੀ ਹੈ, ਉਹਦੀ ਡਿਊਟੀ ਉੱਥੇ 8 ਘੰਟੇ ਲਾ ਦਿੱਤੀ ਹੈ ਅਤੇ ਉਹ 2-4 ਮਿੰਟ ਲਈ ਵਾਸ਼ਰੂਮ ਚਲਿਆ ਗਿਆ, ਠੀਕ ਹੈ ਜੀ। ਅਤੇ ਇਨ ਬਿਟਵੀਨ ਕੋਈ ਆ ਗਿਆ ਮੱਥਾ ਟੇਕਣ ਵਾਸਤੇ ਤਾਂ ਉਸਨੂੰ ਪ੍ਰਸ਼ਾਦ ਮੰਨ ਲਓ ਨਹੀਂ ਮਿਲਿਆ ਜਾਂ ਉਹ ਆਪ ਵੀ ਲੈ ਸਕਦਾ ਸੀ ਜਾਂ ਉਹ ਥੱਲੇ ਹੀ ਉਤਰ ਆਇਆ, ਹੈ ਨਾ, ਤਾਂ ਉਹਦੀ ਇਤਨੀ ਵੱਡੀ ਪੇਸ਼ੀ ਪਾਈ ਜਾਂਦੀ ਹੈ, ਹੋ ਕਿਉਂ ਗਿਆ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਦੇਣੀ ਚਾਹਾਂਗਾ, ਉਹ ਨਾਲੇ ਉਹਨੂੰ ਕਿਹਾ ਜਾਂਦਾ ਹੈ ਕਿ ਥੱਲੇ ਚਾਹ ਪਾਣੀ ਤੂੰ ਪੀ ਸਕਦਾ, ਹੋਰ ਕਰ ਸਕਦਾ। ਮੰਨ ਲਓ ਥੱਲੇ ਲੰਗਰ ਹਾਲ ਚਾਹ ਪਾਣੀ ਪੀਣ ਚਲਾ ਗਿਆ, ਉੱਪਰ ਬੰਦਾ ਆਇਆ ਮੱਥਾ ਟੇਕਣ ਆਇਆ, ਉਹਨੇ ਦੇਖਿਆ ਕੋਈ ਬੰਦਾ ਹੈ ਨਹੀਂ ਇੱਥੇ, ਠੀਕ ਹੈ, ਤਾਂ ਉਹਨੇ ਨੈਚੁਰਲੀ ਕੀ ਕਰਨਾ, ਉਹਨੇ ਜਿਹੜੇ ਫੋਨ ਨੰਬਰ ਉਪਲਬਧ ਹੁੰਦੇ ਨੇ ਸੈਕਟਰੀ ਦਾ, ਪ੍ਰਧਾਨ ਦਾ, ਉਹਨੇ ਫੋਨ ਕਰ ਦਿੱਤਾ, ਹੈ ਨਾ। ਤਾਂ ਉਹਨੇ ਤਾਂ ਫੋਨ ਇਸ ਲਈ ਕੀਤਾ ਕਿ ਮੈਨੂੰ ਇੱਥੇ ਕੋਈ ਬੰਦਾ ਨਹੀਂ ਦਿਸ ਰਿਹਾ, ਠੀਕ ਹੈ। ਤਾਂ ਉਹਨਾਂ ਨੇ ਕਿਹਾ ਵੀ ਉਹ ਕੋਈ ਨਹੀਂ, ਤੁਸੀਂ ਦੇਖ ਲਓ ਇੱਥੇ ਕਿਤੇ ਹੋਣਗੇ, ਵਾਸ਼ਰੂਮ ਨਾਲ ਗਏ ਹੋਣ ਜਾਂ ਲੰਗਰ ਹਾਲ ਹੋਣਗੇ। ਤਾਂ ਉਹ ਨੀਚੇ ਦੇਖਿਆ, ਲੰਗਰ ਹਾਲ 'ਚ ਮਿਲ ਗਿਆ, ਮਸਲਾ ਸੋਲਵ ਹੋ ਗਿਆ, ਕਿੰਨਾ ਕੁ ਫਰਕ ਪੈ ਗਿਆ 2 ਮਿੰਟ ਨਾਲ। ਉਸ ਤੋਂ ਬਾਅਦ ਉਹਦੀ ਇਤਨੀ ਖਿਚਾਈ ਕੀਤੀ ਜਾਂਦੀ ਹੈ, ਮੈਨੂੰ ਫੋਨ ਆਇਆ, ਸੰਗਤ ਨੂੰ ਖੁਸ਼ ਰੱਖਣਾ, ਐਂ ਰੱਖਣਾ, ਫਲਾਨਾ ਕਰਨਾ। ਤਾਂ ਇੰਨੇ ਪ੍ਰੈਸ਼ਰ 'ਚ ਤੁਸੀਂ ਬੰਦੇ ਨੂੰ ਰੱਖੋਗੇ ਤਾਂ ਕੀ ਕਰੇਗਾ ਜੀ? ਅਤੇ ਤੁਹਾਨੂੰ ਕਿਸ ਕੈਟੇਗਰੀ ਦੇ ਬੰਦੇ ਮਿਲਣਗੇ, ਕਿਸ ਮੈਂਟੈਲਿਟੀ ਦੇ ਬੰਦੇ ਮਿਲਣਗੇ, ਠੀਕ ਹੈ। ਅੱਜ ਜੋ ਮਾਹੌਲ ਬਣ ਚੁੱਕਿਆ ਵੀਰ ਜੀ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਪ੍ਰਚਾਰਕ, ਰਾਗੀ, ਢਾਡੀ ਉਹ ਕਹਿੰਦੇ ਨੇ ਕਿ ਮੈਂ ਆਪਣੇ ਪੁੱਤ ਨੂੰ ਇਹੋ ਜਿਹੇ ਪ੍ਰਬੰਧਕੀ ਸਿਸਟਮ ਵਿੱਚ ਕਦੀ ਵੀ ਨਹੀਂ ਲਾਉਣਾ, ਠੀਕ ਹੈ ਜੀ। ਮੇਰਾ ਖਿਆਲ ਹੈ ਆਮ ਬੰਦਾ ਵੀ ਨਹੀਂ ਲਾਏਗਾ। ਤਾਂ ਜਿੱਥੋਂ ਇਹ ਪ੍ਰਚਾਰ ਹੋਣਾ ਸੀ ਉੱਥੇ ਉਹ ਟਾਰਗੇਟ, ਦੂਸਰੀ ਗੱਲ ਜੇ ਪ੍ਰਚਾਰ ਕੋਈ ਕਰਦਾ ਵੀ ਹੈ ਆਪਣੇ ਲੈਵਲ 'ਤੇ, ਉਹ ਕਹਿੰਦਾ ਮੈਂ ਕਰਦਾ, ਤਾਂ ਉਹਨੂੰ ਫੰਡ ਕਿਤਨਾ ਕੁ ਦੇਣ ਵਾਸਤੇ ਤਿਆਰ ਨੇ?
ਉਹਦੀ ਸਪੋਰਟ ਕਰਨ ਵਾਸਤੇ ਕਿਤਨਾ ਕੁ ਤਿਆਰ ਨੇ। ਐਜ ਏ ਹਿਊਮਨ ਬੀਂਗ ਮੈਂ ਮੰਨਦਾ ਹੈ ਕਿ ਮਿਸਟੇਕਸ ਹੋ ਸਕਦੀਆਂ ਨੇ, ਛੋਟੀ ਛੋਟੀ ਮਿਸਟੇਕ ਹੈ, ਐਜ ਏ ਹਿਊਮਨ ਬੀਂਗ ਹੋ ਸਕਦੀਆਂ ਨੇ, ਤਾਂ ਉਸ 'ਤੇ ਇਤਨਾ ਇਹ ਸਾਰਾ ਕੁਛ ਸਾਡੇ ਲਈ ਅਸੀਂ ਭੁਗਤਦੇ ਪਏ ਹਾਂ, ਰਾਈਟ? ਠੀਕ ਹੈ ਨਾ ਜੀ। ਸਾਡੇ ਲਈ ਜੇ ਅਗਰ ਕੋਈ ਆਈਡੀਅਲ ਰੋਲ ਮਾਡਲ ਬਣਦੇ ਨੇ ਤਾਂ ਉੱਥੋਂ ਇੱਕ ਬਹੁਤ ਉਹ ਖੁਰਾਕ ਮਿਲਣੀ ਹੈ ਜਿਹੜੀ ਰੂਹਾਨੀ ਖੁਰਾਕ ਗੁਰੂ ਪਾਤਸ਼ਾਹ ਮੰਨਣ ਵਾਸਤੇ ਆਏ ਸਨ। ਆਈਏ ਸ਼ਬਦ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਨਿੱਤ ਪੜ੍ਹਾ ਰਹੇ ਨੇ, ਰੋਜ਼ਾਨਾ ਪੜ੍ਹਿਆ ਜਾ ਰਿਹਾ। ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਾਨ। ਉਹ ਜਿਹੜਾ ਦਿਨ ਮੌਤ ਦਾ ਕਦੋਂ ਆ ਸਕਦਾ, ਸਾਨੂੰ ਉਹ ਸੱਦਾ ਭੇਜਣ ਵਾਲੇ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ। ਠੀਕ। ਹੁਣ ਸਾਨੂੰ ਪ੍ਰੇਰਣਾ ਮਿਲਦੀ ਹੈ ਗੁਰੂ ਘਰਾਂ ਵਿੱਚੋਂ ਕਿ ਨਿਤਨੇਮ ਕਰਨਾ ਚਾਹੀਦਾ, ਉਹ ਸਾਡੇ ਕੋਲ ਸੁਮ ਹੈ, ਸਾਡੇ ਕੋਲ ਮੋਟੀਵੇਸ਼ਨਲ ਦਾ ਸੋਰਸ ਤਾਂ ਗੁਰੂ ਘਰ ਨੇ। ਠੀਕ ਹੈ ਜੀ। ਉੱਥੋਂ ਹੀ ਸਾਨੂੰ ਇਹ ਅਰਥ ਮਿਲਣੇ ਨੇ, ਉੱਥੋਂ ਹੀ ਸਾਨੂੰ ਇਹ ਅਰਥਾਂ ਨੂੰ ਸਮਝਣ ਦੀ ਮੋਟੀਵੇਸ਼ਨਲ ਵੇਵ ਮਿਲਣੀ ਹੈ। ਉੱਥੋਂ ਹੀ ਜੇ ਅਗਰ ਸਭ ਕੁਝ ਪ੍ਰੋਪਰ ਮਿਲੇਗਾ ਤਾਂ ਸਾਡਾ ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਨ ਦਾ ਸਟਾਈਲ ਹੀ ਚੇਂਜ ਹੋ ਜਾਏਗਾ। ਮੈਂ ਤਾਂ ਇੱਦਾਂ ਕਹਾਂਗਾ ਜੀ, ਤੁਸੀਂ ਆਪਾਂ ਇਹਨਾਂ ਦੇਸ਼ਾਂ 'ਚ ਦੇਖ ਰਹੇ ਹਾਂ ਬੰਦਾ ਪੂਰਾ ਥੱਕਿਆ ਹੁੰਦਾ। ਠੀਕ ਹੈ। ਉਹ ਪਤਾ ਕੀ ਕਹਿੰਦਾ, ਪੂਲ ਚੱਲ ਕੇ ਆਈਏ। ਪੂਲ ਕਿਸ ਲਈ ਜਾ ਰਿਹਾ? ਉਹਦੀ ਬਾਡੀ ਨੂੰ, ਉਹਦੇ ਮਾਇੰਡ ਨੂੰ ਰਿਲੈਕਸੇਸ਼ਨ ਮਿਲਦੀ ਹੈ। ਠੀਕ ਹੈ ਨਾ ਜੀ। ਅਤੇ ਮੈਂ ਤਾਂ ਕਹਾਂਗਾ ਸੋਹਿਲਾ ਸਾਹਿਬ ਇੱਕ ਬੜੀ ਵੱਡੀ ਰਿਲੈਕਸੇਸ਼ਨ ਅਤੇ ਸਾਡੇ ਅੰਦਰ ਕਿਤਨਾ ਗਿਆਨ ਦਾ ਖਜ਼ਾਨਾ ਭਰਨ ਵਾਸਤੇ ਦਾਤ ਸੀ ਜੀ। ਠੀਕ ਹੈ ਨਾ। ਕਿਉਂ ਨਹੀਂ ਇਹਦੇ ਵਾਸਤੇ ਚਾਹੋ ਜਾਗ ਰਿਹਾ? ਕਿਧਰੇ ਨਾ ਕਿਧਰੇ ਅਸੀਂ ਇਹਦੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਰੈਲੇਵੈਂਟ ਕਰਕੇ ਜਾਂ ਉਸਨੂੰ ਪ੍ਰੋਪਰ ਅਪਰੋਚੇਬਲ ਨਹੀਂ ਦੱਸ ਪਾ ਰਹੇ, ਜਾਂ ਜਿੱਥੇ ਬਹੁਤ ਥੋੜ੍ਹਾ ਹੋ ਰਿਹਾ। ਤਾਂ ਖੈਰ ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸੰਗਤਾਂ ਨੂੰ ਵੀ ਇੱਕ ਪਰਖ ਚਾਹੀਦੀ ਹੈ ਕਿ ਬੰਦਾ ਫੇਮਸ ਹੈ, ਭੀੜਾਂ ਜੁੜਦੀਆਂ, ਡਜ਼ਨਟ ਮੈਟਰ, ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ। ਕੀ ਉਹਦੇ ਤੋਂ ਕੋਈ ਐਸੇ ਮੈਸੇਜ ਮਿਲਦੇ ਨੇ ਜਿਹੜੇ ਮੈਸੇਜ ਨੂੰ ਤੁਹਾਡਾ ਬੱਚਾ ਕਵੇ ਬਾ ਕਮਾਲ ਹੈ ਡੈਡੀ, ਆਪਾਂ ਆਪਣੇ ਘਰ ਵਿੱਚ ਲਾਗੂ ਕਰੀਏ, ਹੈ ਨਾ। ਹੁਣ ਉਹ ਚੀਜ਼ ਜਿਹੜੀ ਸਤਿਗੁਰੂ ਕਹਿੰਦੇ ਕਿ ਵਾਹਿਗੁਰੂ ਜੀ ਦੀ ਯਾਦ ਹਰ ਵੇਲੇ ਅੰਦਰ ਬਣੇ, ਤਾਂ ਕੰਮ ਧੰਦਾ ਕਰਦੇ ਹਾਂ, ਜ਼ਿੰਦਗੀ 'ਚ ਵਿਚਰਦੇ ਹਾਂ, ਪਰਿਵਾਰ ਵਿੱਚ ਵਿਚਰਦੇ ਹਾਂ, ਤਾਂ ਅਸੀਂ ਬਾਹਰ ਕੀ ਦੇਖਦੇ ਹਾਂ ਜਿਸ ਤੋਂ ਸਾਨੂੰ ਸਟ੍ਰਾਈਕ ਹੋਵੇ ਮਾਇੰਡ ਨੂੰ ਕਿ ਵਾਹਿਗੁਰੂ ਜੀ ਦੀ ਹੋਂਦ, ਐਗਜ਼ਿਸਟੈਂਸ ਹਰ ਥਾਂ 'ਤੇ ਹੈ। ਇਸ ਨੂੰ ਅਗਲੇ ਸ਼ਬਦ ਵਿੱਚ ਬਾ ਕਮਾਲ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖਿਆ। ਸੋ ਇਸ ਨੂੰ ਜੀ ਅਗਲੇ ਹਫ਼ਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਅਤੇ ਕਿਸ ਤਰ੍ਹਾਂ ਇਹ ਰਮਜ਼ ਅਸੀਂ ਸਮਝਣੀ ਹੈਗੀ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਅਗਲੇ ਹਫ਼ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪ੍ਰੋਗਰਾਮ ਦੀ ਕਰਦੇ ਜੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰੋ harpreetsingshow@gmail.com। ਇਹ ਸਾਰੇ ਐਪੀਸੋਡਸ ਦੁਬਾਰਾ ਦੇਖਣਾ ਚਾਹੋ ਤਾਂ youtube.com/harpreetsingshow 'ਤੇ ਜਾ ਸਕਦੇ ਹੋ, ਜਾਂ ਫਿਰ ਭਾਈ ਸਾਹਿਬ ਵੱਲੋਂ ਚਲਾਈ ਜਾਂਦੀ ਇੱਕ ਵੈਬਸਾਈਟ ਜਿਸਦਾ ਨਾਂ ਹੈ sikhcommunity.net, ਉੱਥੇ ਜਾ ਕੇ ਇਹ ਸਾਰੇ ਐਪੀਸੋਡਸ ਦੀ ਆਡੀਓ ਅਤੇ ਵੀਡੀਓ ਲੈ ਸਕਦੇ ਹੋ। ਇੱਥੇ ਹੀ ਕਰਦਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ